ਹੈਲੋ ਜੀ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਅੱਜ ਬਹੁਤਾਂ ਬਾਅਦ ਤਕਰੀਬਨ ਆਈ ਥਿੰਕ 4-5 ਮਹੀਨੇ ਬਾਅਦ ਇੱਕ ਵੀਡੀਓ ਅਪਲੋਡ ਕਰਨ ਲੱਗਿਆ ਮੈਂ ਉਹ ਇਸ ਵਜ੍ਹਾ ਕਰਕੇ ਕਰਨ ਲੱਗਿਆ ਕਿਉਂਕਿ ਮੈਂ ਨਾ 5-6 ਮਹੀਨੇ ਪਹਿਲਾਂ ਇੱਕ ਮੈਡੀਕਲ ਰਿਲੇਟਡ ਇੱਕ ਵੀਡੀਓ ਅਪਲੋਡ ਕੀਤੀ ਸੀਗੀ YouTube ਤੇ ਕਿ ਆਪਾਂ ਕੈਨੇਡਾ ਦੇ ਵਿੱਚ ਜਦੋਂ ਆਪਣਾ ਮੈਡੀਕਲ ਹੁੰਦਾ ਆ ਉਹ ਲੁਧਿਆਣੇ ਵਿੱਚ ਕਿਵੇਂ ਤੇ ਕਿੱਥੇ ਹੁੰਦਾ ਆ ਔਰ ਉਹਦਾ ਕੀ ਕੀ ਚਾਰजेस ਹੁੰਦੇ ਨੇ ਰਾਈਟ ਤਾਂ ਮੈਂ ਸਾਰਾ ਕੁਝ ਉਸ ਵੀਡੀਓ ਦੇ ਵਿੱਚ ਐਕਸਪਲੇਨ ਕੀਤਾ ਸੀ ਤਾਂ ਉਸ ਤੋਂ ਬਾਅਦ ਵਿੱਚ ਮੇਰੇ ਲਾਈਕ ਜਿਵੇਂ ਕਿ ਬ੍ਰਦਰ ਸਿਸਟਰਸ ਲਾਈਕ ਕਾਫੀ ਲਾਈਕ ਯੂ ਟੂ ਸੀ ਕਾਫੀ ਕਮੈਂਟ ਕੀਤੇ ਰਾਈਟ ਕਿ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਆ ਕਿ ਭਾਜੀ ਅਸੀਂ ਐਮ ਇਹ ਕਰ ਸਕਦੇ ਹਾਂ ਐਮ ਇਹ ਕਰ ਸਕਦੇ ਤਾਂ ਅੱਜ ਦੀ ਜਿਹੜੀ ਸਾਡੀ ਵੀਡੀਓ ਹੋਏਗੀ ਉਹ ਸਿਰਫ ਇਸ ਰਿਲੇਟਡ ਹੀ ਹੋਏਗੀ ਠੀਕ ਹੈ ਕਿ ਅਸੀਂ ਕੀ ਕਰ ਸਕਦੇ ਆ ਔਰ ਕੀ ਨਹੀਂ ਡੂ ਐਂਡ ਡਸ ਨੋਟ ਰਾਈਟ ਤੋ ਫਰਸਟ ਕਮੈਂਟ ਕਿਨਾਂ ਦਾ ਆਇਆ ਸੀ ਉਹ ਆਇਆ ਹੋਇਆ ਦੋ ਲਾਈਕ ਜੀ ਮੈਂ ਤੁਸੀਂ ਮੇਰੇ ਰਾਈਟ ਕੋਰਨਰ ਦੇ ਉੱਪਰ ਦੇਖ ਸਕਦੇ ਹੋ ਤਨਮਨ ਢਿੱਲੋ ਦਾ ਕੈਨ ਵੀ ਟੇਕ ਅ ਕੋਲਡ ਮੈਡੀਸਿਨ ਵਨ ਡੇ ਬਿਫੋਰ ਮੈਡੀਕਲ ਹਾਂਜੀ ਤੁਸੀਂ ਲੈ ਸਕਦੇ ਹੋ ਕੋਲਡ ਦੀ ਮੈਡੀਸਿਨ ਇਹਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਦੂਸਰਾ ਕਮੈਂਟ ਗੁਰਪ੍ਰੀਤ ਕੌਰ ਦਾ ਆਇਆ ਹੋਇਆ ਵੀਰ ਜੀ ਮੇਰੇ ਤੇ ਮੇਰੇ ਬੇਟੇ ਦਾ ਮੈਡੀਕਲ ਆ ਸੇਮ ਜਿੱਦਾਂ ਮੇਰਾ ਹੁਣ ਬੱਚੇ ਦਾ ਵੀ ਉਦਾਂ ਹੀ ਹੁਣ ਇਦਾਂ ਤਾਂ ਨਹੀਂ ਬੱਚੇ ਨੂੰ ਇਕੱਲੇ ਨੂੰ ਰੂਮ 'ਚ ਜਾ ਕੇ ਕਰੋਨਾ ਪੈਣਾ ਮੈਂ ਉਹਦੇ ਨਾਲ ਅੰਦਰ ਜਾ ਸਕਦੀ ਆ ਪਲੀਜ਼ ਦੱਸ ਦਿਓ ਮੈਨੂੰ ਇਹਦੇ ਵਿੱਚ ਦੇਖੋ ਜੀ ਦੋ ਚੀਜ਼ ਆਇਆ ਕਰਤਾ ਤੁਹਾਡਾ ਜਿਹੜਾ ਚਿਲड्रन ਉਹ ਮਾਈਨਰ ਆ ਲੈਸ ਦਨ 18 ਆ ਤੇ ਦਨ ਯੂ ਕੈਨ ਗੋ ਵਿਦ ਦਮ ਅਗਰ ਉਹ ਅਡਲਟ ਆ ਆਈ ਡੋਨਟ ਥਿੰਕ ਸੋ ਤੁਹਾਨੂੰ ਉਹ ਨਾਲ ਜਾਣ ਦੇਣਗੇ ਬਟ ਹਾਂਜੀ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਲਾਈਕ ਜਿਵੇਂ ਮੈਂ ਮੈਮੀ ਵੀਡੀਓ ਬਣਾਈ ਸੀਗੀ ਉਹ ਉਸ ਵਕਤ ਮੈਂ ਉਹਨਾਂ ਤੋਂ ਪਹਿਲਾਂ ਪਰਮਿਸ਼ਨ ਲਈ ਸੀਗੀ ਕਿ ਮੈਂ ਇੱਕ ਐਦਾ ਕਰਕੇ YouTube ਬਲੌਗਰ ਆ ਲਾਈਕ ਮੈਕ ਫੂਲਰ ਤੁਹਾਡਾ ਰਿਕਾਰਡ ਕਰਨਾ ਚਾਹੁੰਦਾ ਉਹਨਾਂ ਨੇ ਮੈਨੂੰ ਪਰਮਿਸ਼ਨ ਦੇ ਦਿੱਤੀ ਸੀ 3 ਕਮੈਂਡ 2 ਮੰਥ ਅਗਵਾਇਆ ਹੋਇਆ ਐਸ ਈ ਡੀ ਐਚ ਬਾਈ ਪਤਾ ਕਿੱਦਾਂ ਲੱਗਦਾ ਕਿ ਸਭ ਠੀਕ ਆ ਰਿਪੋਰਟ ਚ ਦੇਖੋ ਇੱਕ ਹਨਾ ਟਰੈਕਿੰਗ ਸ਼ੀਟ ਉਹਦੇ ਵਿੱਚ ਮਿਲਦੀ ਆ ਉੱਥੇ ਹਨਾ ਲਾਈਕ ਤੁਹਾਡਾ ਯੂਰੀਨ ਟੈਸਟ ਹੋਏਗਾ ਉਹ ਮੈਂ ਇੱਧਰ ਅਟੈਚ ਕਰ ਦਿੰਨਾ ਰਾਈਟ ਅਜੀ ਮੈਂ ਕੀ ਤੁਸੀਂ ਦੇਖ ਰਹੇ ਹੋ ਉਹ ਯੂਰੀ ਇੰਡਸਟ ਹੋਏਗਾ ਆਈਸ ਟੈਸਟ ਹੋਏਗਾ ਚੈਸਟ ਦਾ ਐਕਸ-ਰੇ ਹੋਏਗਾ ਲਾਈਕ ਤੁਹਾਡਾ ਬਲੱਡ ਸੈਂਪਲ ਤਾਂ ਉਹਨਾਂ ਨੇ ਉਹਨਾਂ ਚ ਟਿਕ ਕਰੀ ਜਾਣੀ ਰਾਈਟ ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਏਗੀ ਉਹਨਾਂ ਦੇ ਔਨ ਦੀ ਸਪੋਰਟ ਤੁਹਾਨੂੰ ਉੱਥੇ ਹੀ ਦੱਸ ਦੇਣਾ ਜਿਨ੍ਹਾਂ ਦੇ ਬੋਡੀ ਦੇ ਉੱਪਰ ਟੈਟੂ ਬਣੇ ਹੁੰਦੇ ਨੇ ਉਹਨਾਂ ਦਾ ਇੱਕ ਲੱਗ ਤੋਂ ਮੈਡੀਕਲ ਹੁੰਦਾ ਉਹਦੇ ਲਾਈਕ ਪੇਈ ਬਸ ਜ਼ਿਆਦਾ ਹੁੰਦੀ ਆ ਮੈਡੀਕਲ ਤਾਂ ਚਲੋ ਕੀ ਖੈਰ ਹਨਾ ਉਹ ਖੂਨ ਦਾ ਵਿੱਚ ਹੀ ਪਤਾ ਲੱਗਦਾ ਲੱਗ ਕਿ ਕੋਈ ਪ੍ਰੋਬਲਮ ਤਾਂ ਨਹੀਂ ਹੈ ਕਿ ਜਦੋਂ ਇਹਨਾਂ ਨੇ ਟੈਟੂ ਬਣਵਾਇਆ ਉਸ ਤੋਂ ਬਾਅਦ ਵਿੱਚ ਪਈ ਨੈਕਸਟ ਕਮੈਂਟ ਕਿਨਾਂ ਦਾ ਆਇਆ ਹੋਇਆ ਜੀ ਗਗਨਦੀਪ ਸਿੰਘ ਬ్రਦਰ ਬ్రో ਟੈਟੂ ਟਸਟ ਦੀ ਕਿੰਨੀ ਫੀਸ ਆ ਐਸਪੀਐਸ ਹਸਪੀਟਲ ਚ ਬ్రో ਮੈਨੂੰ ਬੱਸ ਦਾ ਯਾਦਪੁਰ ਲਗਿਆ ਜਿਹੜੀ ਮੇਰੀ ਪੁਰਾਣੀ ਇੱਕ ਵੀਡੀਓ ਹੈਗੀ ਆ ਲਾਈਕ ਜਦੋਂ ਮੈਂ ਖੁਦ ਦਾ ਕਰਵਾਣ ਗਿਆ ਸੀਗਾ ਮੈਂ ਉਸ ਵਕਤ ਮੈਂਸ਼ਨ ਕੀਤਾ ਸੀ ਕਿ ਟੈਟੂ ਦੇ ਆਈ ਥਿੰਕ 2500 ਤੋਂ 3000 ਦੇ ਵਿੱਚ ਰਾਈਟ ਠੀਕ ਹੈ ਜੀ ਕਸ਼ਿਸ਼ ਹਾਈ ਹਾਊ ਟੂ ਡਾਊਨਲੋਡ ਦੀ ਪੇਮੈਂਟ ਰਸੀਪਟ ਆ ਡਿਡਨਟ ਰੀਸੀਵ ਐਨੀ ਮੇਲ ਜਸਟ ਅ ਮੈਸੇਜ ਦੇਖੋ ਜੀ ਅਗਰ ਤੁਹਾਨੂੰ ਕੋਈ ਮੈਸੇਜ ਆਇਆ ਹੋਇਆ ਕਿ ਤੁਹਾਡੀ ਪੇਮੈਂਟ ਕੱਟ ਹੋ ਗਈ ਆ दैट इज ਸਫੀਸ਼ੀਐਂਟ ਉਹ ਇਨਫ ਆ ਤੁਹਾਡੇ ਵਾਸਤੇ ਤੁਸੀਂ ਬਸ ਪੇਮੈਂਟ ਜਿੱਦਾਂ ਹੀ ਤੁਹਾਡੇ ਅਕਾਊਂਟ ਵਿੱਚੋਂ ਡੈਬਿਟਡ ਹੋ ਜਾਂਦੀ ਆ ਅਗਰ ਤੁਹਾਨੂੰ ਕੋਈ ਮੈਸੇਜ ਆਂਦਾ ਆ ਜਾਂ ਮੇਲ ਆਂਦੀ ਆ ਨਹੀਂ ਵੀ ਆਂਦੀ ਦੋਨਾਂ ਦੇ ਵਿੱਚੋਂ ਕੁਛ ਨਹੀਂ ਆਂਦਾ ਬਸ ਮੇਕ ਸ਼ੋਰ ਹੋਣਾ ਚਾਹੀਦਾ ਕਿ ਤੁਹਾਡੀ ਪੇਮੈਂਟ ਆ ਜਿਹੜੀ ਉਸ ਵਾਲੀ ਡੇਟ ਦੀ ਕੱਟ ਹੋਣੀ ਚਾਹੀਦੀ ਆ ਠੀਕ ਹੈ ਜੀ ਉਹਦੀ ਕੋਈ ਪ੍ਰੋਬਲਮ ਨਹੀਂ ਨੈਕਸਟ ਆ ਜੀ ਟਰਮਨ ਟਿਲੋ ਬੀਰੇ ਮੇਰੀ ਫਰੈਂਡ ਦਾ ਮੈਡੀਕਲ ਹੋਇਆ ਸੀ ਇੱਕ ਵੀਕ ਪਹਿਲਾਂ ਉਹਦੇ ਹੈਂਡ 'ਚ ਬਾਈ ਬਰਥ ਛੋਟਾ ਜਿਹਾ ਡਿਫੈਕਟ ਮਤਲਬ ਫਿੰਗਰ ਥੰਬ ਸਭ ਸਭ ਕੁਝ ਹੈ ਬਟ ਗ੍ਰਿਪ ਘਾਟਾ ਥੋੜੀ ਮੈਡੀਕਲ ਟਾਈਮ ਉਹਦੇ ਡਾਕਟਰ ਨੇ ਪੋਜ਼ਿਟਿਵ ਫੀਡਬੈਕ ਦਿੱਤੀ ਆ ਕਿ ਉਹਦੇ ਸਾਰੇ ਕੰਮ ਕਰਨ ਵਾਸਤੇ ਕੈਪेबल ਆ ਪਰ ਮੈਂਸ਼ਨ ਕੀਤਾ ਕਿ ਉਹਦੇ ਮੈਡੀਕਲ ਰਿਫਿਊਜ਼ ਹੋ ਸਕਦਾ ਨਹੀਂ ਇਸ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਇਨ ਕੇਸ ਤੁਹਾਡਾ ਡਾਕਟਰ ਨੇ ਤੁਹਾਨੂੰ ਪਾਸ ਕੀਤਾ ਹੋਇਆ ਆ ਔਰ ਤੁਹਾਡੇ ਕੋਈ ਫੋਲਟ ਆ ਬਟ ਤੁਸੀਂ ਯੂ ਆਰ ਕੈਪेबल ਟੂ ਡੂਇੰਗ ਵਰਕ ਰਾਈਟ ਅਗਰ ਤੁਸੀਂ ਕੈਪेबल ਆ ਕੋਈ ਵੀ ਕੰਮ ਕਰਨ ਦੇ ਆਈ ਡੋਨਟ ਥਿੰਕ ਸੋ ਕੀ ਲੋੜ ਠੀਕ ਹੈ ਜੀ ਰਿਫਿਊਜ਼ ਨਹੀਂ ਹੋ ਸਕਦਾ ਮੈਡੀਕਲ ਬੇਸਿਸ ਤੇ ਬਹੁਤ ਜ਼ਿਆਦਾ ਚਾਂਸਸ ਘੱਟ ਹੁੰਦੇ ਨੇ ਲਾਈਕ ਕਿਸੇ ਨੂੰ ਟੀਵੀ ਪੋਜ਼ਿਟਿਵ ਦੇ ਵਿੱਚ ਦੈਨ ਅਗਰ ਨੈਗੇਟਿਵ ਵਿੱਚ ਆ ਫੇ ਨਹੀਂ ਕਰਦੇ ਉਹ ਔਰ ਰਿਫਿਊਜ਼ ਨਹੀਂ ਕਰਦੇ ਉਹ ਕਹਿੰਦੇ ਆ ਕਿ ਤੁਸੀਂ ਦਵਾਈ ਖਾਓ 3 ਮਹੀਨੇ ਦੀ ਤਕਰੀਬਨ ਰਾਈਟ ਨੈਕਸਟ ਕੁਐਸਚਨ ਗੁਰਮਰੀ ਗੁਰਮੀਤ ਸਿੰਘ 2 ਮੰਥ ਹੋ ਕੈਨੇਡਾ ਦਾ ਮੈਡੀਕਲ ਕਿੰਨੇ ਟਾਈਮ ਚ ਅਪਡੇਟ ਹੋ ਜਾਂਦਾ ਇੱਥੇ ਵੀਰ ਵਿਦਿਨ 24 ਡੇਸ ਔਰ ਸੌਰੀ ਵਿਦਿਨ 24 ਆਰ ਰਾਈਟ right? 24 ਆਰ ਦੇ ਵਿੱਚ ਤੋਂ 24 ਘੰਟੇ ਦੇ ਵਿੱਚ ਇਨ ਕੇ ਸੈਚਰਡੇ ਸੰਡੇ ਫਿਰ ਮੰਡੇ ਤੇ ਹੁੰਦਾ ਫਿਰ ਮੰਡੇ ਕਰ ਦਿੰਦੇ ਉਹ ਮੈਂ ਕੀਤੀ ਸੀ ਇਹ ਬਾਰੇ ਗੱਲ ਉਹਨਾਂ ਵਾਸਤੇ ਸਪੈਸ਼ਲ ਮੈਡੀਕਲ ਕੋਸਟ ਲੇਟੈਸਟ ਐਸਪੀਐਸ ਹਸਪੀਟਲ ਗੋਗਨਚੀਮਾ ਦਾ ਕਮੈਂਟ ਹੈ ਜੀ bro देखो दूसरी अगर सैटरडे संडे करवाने हो फेर हैगा 7650 मेबी हुन अपडेट हो गया हवे और वद गया होवे राइट अगर तुसी वीक डे ਦੇ ਵਿੱਚ ਕਰਾਨੇ ਆ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਤਾਂ ਤੁਹਾਡੇ ਲੱਗਦੇ ਆ ਜੀ 6150 जिमी बंसल 2 मंथ अगो bro यार्स पाउस ओपन वर्क परमिट ਲਈ ਵੀ ਸੇਮ ਮੈਡੀਕਲ ਪ੍ਰੋਸੈਸ ਆ ਹਾਂਜੀ ਭਾਜੀ ਮੈਡੀਕਲ ਪ੍ਰੋਸੈਸ ਸੇਮ ਆ ਉਹਨਾਂ ਨੇ ਚੈਸਟ ਆਈਜ਼ ਤੁਹਾਡੇ ਲਾਈਕ ਸਾਰੇ ਬਲੱਡ ਵਗੈਰਾ ਦੇਖਣਾ ਹੁੰਦਾ ਜੜਾ ਇਨ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਜੋਦਮਾਨ 3 ਵੀਕ ਅਗੋ ਜੇ ਕੋਵਿਡ ਵੈਕਸੀਨ ਦਾ ਨਈ ਲੱਗੀ ਤਾਂ ਫਿਰ ਕੋਈ ਇਸ਼ੂ ਤੇ ਨਹੀਂ ਲਗਾਉਂਗਾ ਐਂਡ ਡਾਕੂਮੈਂਟ ਕਿਹੜੇ ਕਿਹੜੇ ਚਾਹੀਦੇ ਟੀਵੀ ਟੈਸਟ ਯੂਕੇ ਲਈ ਭਾਜੀ ਯੂਕੇ ਦਾ ਮੈਡੀਕਲ ਕੈਨੇਡਾ ਦੇ ਮੈਡੀਕਲ ਤੋਂ ਬਿਲਕੁਲ ਥੋੜਾ ਜਿਹਾ ਹਟਕੇ ਹੁੰਦਾ ਆ ਯੂਕੇ ਮੇਨ ਟੀਵੀ ਹੀ ਦੇਖਦੀ ਆ ਅਗਰ ਤੁਹਾਡਾ ਟੀਵੀ ਦੇ ਵਿੱਚ ਓਕੇ ਆ ਬਲੱਡ ਸਾਡਾ ਉਹਨਾਂ ਨੇ ਸੈਂਪਲ ਲੈ ਕੇ ਦੇਖਣਾ ਓਕੇ ਆ ਦੈਨ ਫੌਨ ਦੀ ਸਪੋਰਟ ਹੋਇਆ ਰਾ। ਹਾਂਜੀ ਵੈਕਸੀਨ ਲਗਣੀ ਬਹੁਤ ਜ਼ਿਆਦਾ ਜ਼ਰੂਰੀ ਆ। ਤੇ ਹਨਾ ਵੈਕਸੀਨੇਸ਼ਨ ਦੀ ਇੱਕ ਵੈਬਸਾਈਟ ਆ। ਉਹਦੇ ਉੱਪਰ ਜਾ ਕੇ ਤੁਸੀਂ ਐਜ਼ ਅਨ ਇੰਟਰਨੈਸ਼ਨਲ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹੋ। ਠੀਕ ਹੈ ਜੀ। ਜਸਟ ਉਸ ਉੱਤੇ ਪਾਸਪੋਰਟ ਨੰਬਰ ਭਰਨਾ ਹੁੰਦਾ ਕਈਆਂ ਦੇ ਨਾ ਆਪਣੀ ਜਿਹੜੀ ਵੈਕਸੀਨੇਸ਼ਨ ਲਗਾਈ ਹੋਈ ਆ ਵੈਕਸੀਨੇਸ਼ਨ ਉਹ ਆਧਾਰ ਕਾਰਡ ਨੰਬਰ ਦੇ ਉੱਪਰ ਲਗਾਈ ਹੋਈ ਆ। ਰਾਈਟ? ਤਾਂ ਤੁਸੀਂ ਮੇਕ ਸ਼ੋਰ ਕਰੋ ਕਿ ਪਾਸਪੋਰਟ ਦੇ ਨਾਲ ਹੀ ਲਗਵਾਓ। ਸੰਦੀਪ ਬੈਣੀਪਾਲ in how many days medical is approved in embassy in apollo within 24 hours anmol sharma bro hath te blade de cut te nishan aa koi chakkar pa sakda visa eth canada da bilkul badi apne agar toade hath de upar blade de kat chakkar ta ni koi penda bas toadi oh jaddi ਬਾਇ ਇਹ ਕੋਈ ਠੀਕ ਕੰਮ ਕਰਦੀ ਹੋਣੀ ਚਾਹੀਦੀ ਆ ਤੇ ਉਹਦੇ ਵਿੱਚ ਸਟੀਚਸ ਵਗੈਰਾ ਨਹੀਂ ਹੋਣੇ ਚਾਹੀਦੇ ਉਹ ਕਾਫੀ 올ਡ ਕਟਿੰਗ ਹੋਣੀ ਚਾਹੀਦੇ ਆ ਤੇ ਉਹਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਪੈਂਦਾ ਲਾਈਕ ਜਿਵੇਂ ਮੇਰੇ ਵੀ ਸ਼ੀਸ਼ਾ ਲੱਗ ਗਿਆ ਸੀਗਾ ਲਾਈਕ ਇੱਥੇ ਇੱਥੇ ਮੇਰੇ ਸ਼ੀਸ਼ਾ ਲੱਗ ਗਿਆ ਸੀ ਇੱਕ ਲਾਈਨ ਨਾ ਛੋਟੀ ਜੀ ਤੇ ਬਟ ਮੈਨੂੰ ਉਹਨੇ ਪੁੱਛਿਆ ਕੋਈ ਪ੍ਰੋਬਲਮ ਹੈ ਸੀਗਾ ਨਹੀਂ ਕੋਈ ਪ੍ਰੋਬਲਮ ਨਹੀਂ ਗੁਰਜੰਟ ਬਾਈ ਮੇਰੀ ਮੋਡਰੇਟ ਫਨਲ ਚੈਸਟ ਹੈ ਮੀਨਸ ਕਿ ਇੱਕ ਛੋਟਾ ਸਾ ਕਟਾ ਹੈ ਕਿ ਮੈਡੀਕਲ ਅਨਫਿਟ ਅਨਕਲੀਅਰ ਹੋ ਸਕਦਾ ਚਸਟਿੰਗ ਬਲ ਅੱਛਾ ਕਈਆਂ ਦੀ ਨਾ ਜਿਹੜੀ ਚੈਸਟ ਹੈ ਲਾਈਕ ਉਹ ਇੰਬੈਲੈਂਸ ਹੁੰਦੀ ਹੈ ਇੱਕ ਬਾਹਰ ਹੁੰਦੀ ਹੈ ਔਰ ਇੱਕ ਅੰਦਰ ਹੁੰਦੀ ਹੈ ਲਾਈਕ ਅਗਰ ਕੋਈ ਬੰਦਾ ਜਿਮ ਲੱਗਿਆ ਹੁੰਦਾ ਉਹਨਾਂ ਲਈ ਜ਼ਿਆਦਾਤਰ ਇਹ ਇਦਾਂ ਦੀ ਪ੍ਰੋਬਲਮ ਆ ਜਾਂਦੀ ਹੈ ਨਹੀਂ ਨਹੀਂ ਵੀਰੇ ਕੋਈ ਦਿੱਕਤ ਨਹੀਂ ਯਾਰ ਚੈਸਟ ਤੇ ਤੁਹਾਡੇ ਐਕਸ-ਰੇ ਸੀ ਜਾਣਾ ਚਾਹੀਦਾ ਬਸ ਟੈਸਟ ਚੱਕ ਤੇ ਚੈਸਟ ਦਾ ਐਕਸ-ਰੇ ਤਾਂ ਲੈਂਦੇ ਨੇ ਮੇਨ ਟੀਵੀ ਟੀਵੀ ਚੈਸਟ ਤੋਂ ਟੀਵੀ ਦਾ ਹੀ ਪਤਾ ਲੱਗਦਾ ਓਕੇ ਅਭੀ ਬੰਗੜ ਟੂ ਡੇ ਕੋ ਬ్రో ਯੂਰਾਈਨ ਵੀ ਹੁੰਦਾ ਸ਼ਾਇਦ ਬਿਲਕੁਲ ਹੁੰਦਾ ਭਾਜੀ ਯੂਰਾਈਨ ਵੀ ਹੁੰਦਾ ਜੀ ਗੁਰਜੋਤ ਸਿੰਘ ਬ੍ਰਦਰ ਅਗਰ ਫੀਸ ਆਨਲਾਈਨ ਪੇ ਕੀਤੀ ਗਈ ਔਰ ਬੁਕਿੰਗ ਦੇ ਟਾਈਮ ਤੇ ਮੈਡੀਕਲ ਵਾਲੇ ਦਿਨ ਕੋਈ ਐਕਸਟਰਾ ਚਾਰजेस ਤੇ ਨਹੀਂ ਹੀ ਲੱਗਣਗੇ ਨਹੀਂ ਨਹੀਂ ਭਾਜੀ ਆਨਲਾਈਨ ਤੁਸੀਂ ਪੇ ਕਰੋ ਆਨਲਾਈਨ ਹੀ ਹੁੰਦੇ ਨੇ ਔਰ ਤੁਹਾਡੇ ਕੋਈ ਵੀ ਇਦਾਂ ਦਾ ਚਾਰजेस ਨਹੀਂ ਲੱਗੇਗਾ ਪ੍ਰਭਜੋਤ ਕੌਰ हेलो सर प्लीज आंसर वैक्सीनेशन ਦਾ ਸਰਟੀਫਿਕੇਟ ਚਾਹੀਦਾ ਮੈਨੂੰ ਵੈਕਸੀਨੇਸ਼ਨ ਨਹੀਂ ਲੱਗੀ ਬਿਕੋਜ਼ ਆਈ ਆਮ 18 ਨਾਟ 18 ਯਰ 올ਡ ਮਾਈਨਰ ਵਾਲੀ ਵੈਕਸੀਨੇਸ਼ਨ ਵੀ ਨਹੀਂ ਲੱਗੀ ਕੈਨੇਡਾ ਲਈ ਅਪਰੋਪਰਲੀ ਟੈਲ ਮੀ ਇਜ਼ देयर ਐਨ ਪ੍ਰੋਬਲਮ ਵਿਦਆਊਟ ਵੈਕਸੀਨੇਸ਼ਨ ਨੋ 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 ਕੋਈ ਵੀ ਪ੍ਰੋਬਲਮ ਨਹੀਂ ਉਹਨਾਂ ਨੇ ਜਸਟ ਉੱਥੇ ਇੱਕ ਇਨਫੋਰਮੇਸ਼ਨ ਕਰ ਦੇਣਾ ਕਿ ਬੱਚੇ ਦੇ ਵੈਕਸੀਨੇਸ਼ਨ ਨਹੀਂ ਲੱਗੀ ਹੋਈ ਦੈਟਸ ਇਟ ਗਗਨ ਸਿੱਧੂ ਵੀਰੇ ਯਾਰ ਗੈਸ ਤੇ ਐਸਿਡ ਬਣਦਾ ਆਏ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਮੈਡੀਕਲ ਚ bro e ka naam pill hundiyan gaste medicine di tu sik din pehla oh kha leo jare hori utthe ja gaye tu tade medical ch na problem be bakki aunde zarur a jaegi okay gagan siddu vire yaar kya us pan leya mohit rajput bro railway station te lang ke pehna hai ya bus stand e hospital bro ludhiyane na jidda ki yaar center de vich aa रेलवे स्टेशन और बस स्टैंड अगर तीस रेलवे स्टेशन तो डायरेक्ट ऑटो चाहे कैब करा लो चाहे ओला लाइक बाइक करवा लो राइट तो चार्जस भी सेम लगन ऑलमोस्ट तिना कन्वेंसन के उपर और डिस्टेंस भी सेम आई थिंक रेलवे स्टेशन तो जाओ तभी मच बैटर है बस स्टैंड तो जाओ तभी मच बैटर है ए बी जी ए जी बलॉक्स बलो तनेडा पहुँच गए प्लीज़ रिप्लाई नहीं नहीं भाजी मेरे को मैं नहीं पहुँच पाया हर अभी मैं इतें ही हाँ राइट right. विकी 6932 हाय कैनंडा वर्क मेडिकल वीजा दी कितनी फीसा ब्रो वर्क मेडिकल ब्रो फी सेम है दोनों दी सेम है जी बस सेटले संडे दा ध्यान रखियो तो ज्यादा होती है वीरे आ हॉस्पिटल बढ़िया है मतलब स्टाफ सही तरीके नाल बोलदा है मैं रिव्यू पढ़ दी सी वो कहंदे कि स्टाफ सही नहीं है एंड के, नाल केड़े डॉक्यूमेंट लेके आना है प्लीज रिप्लाई कर दियो ਬਾਜੀ ਜਿੰਨਾ ਇੱਥੇ ਦਾ ਸਟਾਫ ਵਧੀਆ ਉਹਨਾਂ ਮੈਨੂੰ ਨਹੀਂ ਲੱਗਦਾ ਕਿਸੇ ਵੀ ਹਸਪੀਟਲ ਦਾ ਸਟਾਫ ਵਧੀਆ ਬਹੁਤ ਜ਼ਿਆਦਾ ਵਧੀਆ ਯਾਰ ਬਹੁਤ ਜ਼ਿਆਦਾ ਵਧੀਆ ਇੰਨਾ ਕੋਆਪਰੇਟਿਵ ਵਾਲਾ ਇੱਕ ਤੁਸੀਂ ਇੱਕ ਥਾਂ ਤੋਂ ਬੜਨਾ ਯਾਰ ਦੂਜੀ ਥਾਂ ਤੋਂ ਨਿਕਲ ਜਾਣਾ ਵਿਦਨ ਪਹਿਲਾਂ ਜ਼ਿਆਦਾ ਟਾਈਮ ਲੱਗਦਾ ਸੀ ਮੈਡੀਸਨ ਮੈਡੀਕਲ ਨੂੰ ਹੁਣ ਤਾਂ ਇੱਕ ਘੰਟਾ ਮਸੇ ਲੱਗਦਾ ਹਾਂਜੀ ਪ੍ਰੀਤ ਬਾਈ ਇਹ ਜੋ ਤੁਹਾਡੀ ਮੈਡੀਕਲ ਦੀ ਸਲੀਪ ਪਗੜੀ ਹੈ ਹੱਥੇ 'ਚ ਉਹ ਲੁਧਿਆਣੇ ਹਸਪੀਟਲ ਜਾ ਕੇ ਮਿਲਣ ਦੀ ਹੈ ਜਿਹਦੇ ਤੇ ਟਰੈਕਿੰਗ ਆਈਡੀ ਲਿਖਿਆ ਹੋਇਆ ਹੈ ਯਾਰ ਮੈਡੀਕਲ ਬੁੱਕ ਜਦੋਂ ਹੋ ਜਾਂਦਾ ਹੈ ਈਮੇਲ ਤੇ ਆ ਜਾਂਦੀ ਹੈ ਸਾਨੂੰ ਪਲੀਜ਼ ਦੱਸਿਓ ਸ਼ਾਇਦ ਉਹਨੂੰ ਅਸੀਂ ਆਈਡੀ ਵੀ ਕਹਿੰਦੇ ਆ ਉੱਧਰ ਹਸਪੀਟਲ ਜਾ ਕੇ ਮਿਲਦੀ ਆ ਜਾਂ ਸਾਨੂੰ ਮੈਡੀਕਲ ਬੁੱਕ ਹੋਣ ਤੇ ਬਾਅਦ ਹੀ ਮਿਲਦੀ ਆ ਪਾ ਜੀ ਜਦੋਂ ਤੁਸੀਂ ਮੈਡੀਕਲ ਦੀ ਫੋਰ ਐਗਜ਼ਾਮਪਲ ਬੁਕਿੰਗ ਕਰਵਾਤੀ ਰਾਈਟ ਤੁਸੀਂ ਹਸਪੀਟਲ ਨੂੰ ਵਿਜ਼ਿਟ ਕਰਤਾ ਵਿਜ਼ਿਟ ਕਰਨ ਦਾ ਵਾਜ ਜਦੋਂ ਤੁਸੀਂ ਆਪਣਾ ਪਾਸਪੋਰਟ ਦਿਖਾਉਣਾ ਉਹਨਾਂ ਨੇ ਓਕੇ ਕਰਕੇ ਦੰਨ ਜਿੱਦਾਂ ਤੁਸੀਂ ਮੇਨ ਹੈਲਪ ਡੈਕਸਟ ਤੇ ਜਾਣਾ ਨਾ ਉਹਨਾਂ ਨੇ ਨਾਲੋਂ ਨਾਲ ਤੁਹਾਨੂੰ ਟਰੈਕਿੰਗ ਸ਼ੀਟ ਇੱਕ ਕੱਢ ਕੇ ਦੇ ਦੜੇ ਉਹ ਉੱਥੇ ਉਹਨਾਂ ਨੇ ਇਹ ਦੇਖਣਾ ਕੀ ਟਰੈਕਿੰਗ ਸ਼ੀਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਪ੍ਰੋਬਲਮ ਇਨ ਦਾ ਸਾਈਟਸ ਲਾਈਕ ਜਿਵੇਂ ਤੁਸੀਂ ਫੀਲਿੰਗ ਕਰਦੇ ਪੈਣਾ ਆਪਣਾ ਡਾਟਾ ਆਨਲਾਈਨ ਭਰਦਿਆਂ ਤੁਸੀਂ ਆਪਣਾ ਨਾਮ ਗਲਤ ਭਰਤਾ ਜਾਂ ਕਿਸੇ ਪਾਪਾ ਦਾ ਨਾਮ ਡੇਟ ਆਫ ਬਰਥ ਗਲਤ ਭਰਤੀ ਹੋਣ ਦੀ ਸਪੋਰਟ ਉੱਥੇ ਉਹਨਾਂ ਨੇ ਠੀਕ ਕਰਦਣੀ ਠੀਕ ਹੈ ਕੋਮਲ ਮੱਥਰ ਵੀਰ ਜੀ ਸਟੂਡੈਂਟ ਨੂੰ ਇੰਗਲਿਸ਼ ਵਿੱਚ ਪੁੱਛਦੇ ਜਾਂ ਪੰਜਾਬੀ ਵਿੱਚ ਹਿੰਦੀ ਪੰਜਾਬੀ ਇੰਗਲਿਸ਼ ਜਿਵੇਂ ਤੁਸੀਂ ਕੰਫਰਟੇਬਲ ਹੋ ਤਿੰਨਾਂ ਦੇ ਵਿੱਚ ਹੀ ਸਾਰੇ ਪੰਜਾਬੀਓ ਬੋਲਦੇ ਆ ਪੰਜਾਬ ਦੇ ਵਿੱਚ ਚਾ ਲੁਧਿਆਣਾ ਮੇਨ ਠੀਕ ਹੈ ਜੀ ਹਾਊ ਟੂ ਟਰੈਕ ਮੈਡੀਕਲ ਰਿਪੋਰਟ ਬ్రో ਟਰੈਕ ਨਹੀਂ ਹੋ ਸਕਦੀ ਇਹ ਇਹ ਡਾਇਰੈਕਟ ਅੰਬੈਸੀ ਦੇ ਕੋਲ ਹੀ ਜਾਣਾ ਹਰਮਨ ਕੋਰ 4 ਮੰਥ ਅਗੋ ਹੈਲੋ ਬ్రో ਮੇਰਾ ਜ ਮੈਡੀਕਲ ਸੀ ਪਰ ਮੇਰੇ ਤੋਂ ਉਹਨਾਂ ਨੇ ਆਫਰ ਲੈਟਰ ਦੀ ਕੋਈ ਡਿਟੇਲ ਨਹੀਂ ਮੰਗੀ ਹੈ ਜ਼ਰੂਰੀ ਹੁੰਦੀ ਦੇਣੀ ਪਲੀਜ਼ ਰਿਪਲਾਈ ਨਹੀਂ 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 ਆਫਰ ਲੈਟਰ ਦੀ ਡਿਟੇਲ ਨਹੀਂ ਹੁੰਦੀ ਬਟ ਆਪਾਂ ਇੱਕ ਐਜ਼ ਅ ਪ੍ਰੂਫ ਕੋ ਲੈ ਕੇ ਜਾਣਾ ਹੁੰਦਾ ਰਾਈਟ ਇੰਦਾਂ ਦੀ ਕੋਈ ਦਿੱਕਤ ਨਹੀਂ ਜੋਗਿਸ਼ ਸਿੰਘ ਕੈਨੇਡਾ ਵੀਜ਼ਾ ਲਈ ਮੈਡੀਕਲ ਅੰਮ੍ਰਿਤਸਰ ਵਿੱਚ ਵੀ ਹੁੰਦਾ ਆ 2 ਡੇਜ਼ ਅਗੋ ਬਾਜੀ ਮੈਡਿਕ ਅੰਮ੍ਰਿਤਸਰ ਦੇ ਵੀ ਚਾਈਲਡ ਸੀਨ ਦਾ ਫੁੰਦਾ ਹੋਣਾ ਆ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਐਵੇਂ ਕਰਦਾ ਇੱਕ ਵੈਬਸਾਈਟ ਆ ਮੇਥੇ ਮੈਂਸ਼ਨ ਕਰ ਦਿੰਦਾ ਠੀਕ ਹੈ ਨੀ ਕੈਨੇਡਾ ਦੀ ਅਫੀਸ਼ੀਅਲ ਉੱਥੇ ਹਰ ਇੱਕ ਏਰੀਆ ਦਿੱਤਾ ਹੋਇਆ ਕਿੱਥੇ ਕਿੱਥੇ ਹੋਰ ਕਿਹੜਾ ਕਿਹੜਾ ਡਾਕਟਰ ਐਲੀਜੀਬਲ ਆ ਕਰਨ ਦੇ ਵਾਸਤੇ ਕੋਰ ਗਰੇਵਾ ਪ੍ਰਦਰ ਵੀਜ਼ਾ ਆ ਗਿਆ ਵੇਰੀਏ ਬਣੀ ਮੈਂ ਐਕਚੁਅਲੀ ਐਰਨੋਟਿਕਸ ਕੀਤੀ ਹੋਈ ਆ ਐਰਨੋਟਿਕਲ ਇੰਜੀਨੀਅਰਿੰਗ ਠੀਕ ਆ ਰਿਲੇਟਡ ਟੂ ਐਵੀਏਸ਼ਨ ਮਨਟੇਨੈਂਸ ਦਾ ਇੱਕ ਕੋਰਸ ਹੁੰਦਾ ਆ ਮੈਨੂਫੈਕਚਰਿੰਗ ਤੇ ਰਿਪੇਅਰਿੰਗ ਦਾ ਇੱਕ ਐਵੀਏਸ਼ਨ ਦਾ ਕੋਰਸ ਆ ਠੀਕ ਆ ਏਅਰਪਲੇਨ ਦਾ ਤਾਂ ਉਹਦਾ ਜਿਹੜਾ ਕਾਲਜ ਆ ਪੰਜ ਛੇ ਕਾਲਜ ਆ ਕੈਨੇਡਾ ਦੇ ਵਿੱਚ ਤਾਂ ਮੈਂ ਆਈ ਵਾਂਟ ਟੂ ਬੀ ਅ ਏਐਮਈ ਇੰਜੀਨੀਅਰ ਤਾਂ ਉਹ ਸਾਲ ਜਿੱਦ ਇੱਕ ਵਾਰ ਹੀ ਖੁੱਲਦਾ ਪਿਛਲੀ ਵਾਰ ਮੇਰਾ ਇਨਟੇਕ ਮਿਸ ਹੋ ਗਿਆ ਸੀ ਤਾਂ ਨਾਓ ਦਿਸ ਇਨਟੇਕ ਆਇਲ ਕਲਾਈ ਹਾਪਫੁਲੀ ਥੈਂਕ ਯੂ ਬਰਵਾਸ ਪੀਐਸ ਹਸਪੀਟਲ ਬੱਸ ਸਟੈਂਡ ਤੋਂ ਕਿੰਨੀ ਕਦੂਰ ਹੈ ਤਕਰੀਬਨ ਵੀ ਤੋਂ 25 ਮਿੰਟ ਰਸਤਾ ਟ੍ਰੈਫਿਕ ਨਾ ਹੋਵੇ 15 ਮਿੰਟ ਦਿਲਾਵੀ ਚੌਧਰੀ 11 ਮੰਤਾ ਕੋ ਬਾਈ ਜਿਹੜਾ 50 ਦਿਨ ਉਹ ਥੱਲੇ ਪਜਾਮਾ ਵੀ ਪਾ ਸਕਦੇ ਆ ਹਾਂਜੀ ਭਾਜੀ ਕੱਲੀ ਆਪਾਂ ਆਊਟਰ ਜਿਹੜੀ ਉੱਪਰ ਹੁੰਦੇ ਆ ਨਾ ਆਪਣੇ ਕਲੋਸ ਲਾਈਕ ਸ਼ਰਟ ਵਗੈਰਾ ਉਹ ਓਪਨ ਕਰਨੀ ਹੁੰਦੀ ਆ ਟਰਾਊਜ਼ਰ ਆਪਾਂ ਪਾ ਕੇ ਰੱਖਣਾ ਹੁੰਦਾ ਸੰਦੀਪ ਧਾਲੀਵਾਲ ਪਲੀਜ਼ ਵੀਰੇ ਤੁਹਾਡਾ ਨੰਬਰ ਦੇ ਸਕਦੇ ਹੋ ਕੁਝ ਕਨਫਰਮ ਕਰਨਾ ਮੈਡੀਕਲ ਰਿਗਾਰਡਿੰਗ ਹਾਂਜੀ ਮੈਂ ਆਪਣਾ ਨੰਬਰ ਥਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਰਾਈਟ ਤੇ ਤੁਸੀਂ ਉੱਥੋਂ ਜੋ ਵੀ ਕਨਫਰਮ ਕਰਨਾ ਯੂ ਕੈਨ ਕਨਫਰਮ ਬ੍ਰਿੰਦਰ ਸੰਧੂ ਬ్రో ਮੇਰੀ ਲੈਗ ਕ੍ਰੈਕ ਹੋ ਗਈ ਸੀ ਉਸ ਵਿੱਚ ਰੋੜ ਪਈ ਆ ਕੋਈ ਚੱਕਰ ਤਾਂ ਨਹੀਂ ਬਿਲਕੁਲ ਭਾਜੀ ਚੱਕਰ ਆ ਠੀਕ ਹੈ ਉਹਦੀ ਰਿਪੋਰਟਾਂ ਵਗੈਰਾ ਨਾਲ ਲੈ ਕੇ ਜਾਓ ਔਰ ਡਾਕਟਰ ਅੱਛੇਗਾ ਤੁਹਾਨੂੰ ਸਪੈਸ਼ਲ ਲਾਸਟ ਦੇ ਵਿੱਚ ਤਾਂ ਉਹਨੂੰ ਤੁਸੀਂ ਜ਼ਰੂਰ ਦੱਸ ਦੇਵੀਂ ਕਿ ਇਹ ਵਾਲੀ ਪ੍ਰੋਬਲਮ ਹੈ ਬ੍ਰੀਤ ਭਾਈ ਇਹ ਜੋ ਤੁਹਾਡੀ ਮੈਡੀਕਲ ਦੀ ਸਲੀਪ ਪਕੰਡੀ ਆ ਹੱਥ 'ਚ ਇਹ ਹੋ ਗਿਆ ਕਮੈਂਟ ਲੱਪਰੀ ਸਿੰਘ ਭਾਈ ਪਹਿਲਾ ਚੈਨਲ ਜਿਨੇ ਦੱਸਿਆ ਕਿ ਪਾਸਪੋਰਟ ਦੀ ਬਲੈਕ ਐਂਡ ਵਾਈਟ ਤੇ ਕਲਰ ਦੋਨੋਂ ਫੋਟੋ ਕਾਪੀ ਚੱਲ ਸਕਦੀ ਆ ਧੰਨਵਾਦ ਵੀਰ ਇਸ ਚੱਕਰ 'ਚ ਹੀ ਪਏ ਜਾਂ ਕਿ ਸਾਡੀ ਅੱਦੇ ਘੰਟੇ ਤੋਂ ਨਹੀਂ ਨਹੀਂ ਭਜੀ ਕੋਈ ਚੱਕਰ ਨਹੀਂ ਯਾਰ ਬਲੈਕ ਐਂਡ ਵਾਈਟ ਲੈ ਕੇ ਜਾਓ ਤੁਸੀਂ ਚਾਹੇ ਕਲਰ ਲੈ ਕੇ ਜਾਓ ਸਭ ਚੱਲਦਾ ਚਾਹੇ ਨਾ ਵੀ ਲੈ ਕੇ ਜਾਓ ਤਾਂ ਵੀ ਚੱਲੇਗਾ ਕੋਈ ਦਿੱਕਤ ਨਹੀਂ ਵਰਿੰਦਰ ਸਿੰਘ ਉਸਤਾਦ ਲਾਸਟ ਵਿੱਚ ਡਾਕਟਰ ਕਹਿੰਦੇ ਕੱਪੜੇ ਲਾ ਕੇ ਪੂਰਾ ਚੈੱਕ ਕਰ ਹਾਂਜੀ ਹਾਂਜੀ ਬਿਲਕੁਲ ਬ੍ਰੋ ਉਹਨਾਂ ਨੇ ਤੁਹਾਡੇ ਲਾਈਕ ਹਨਾ ਚੈਸਟ ਤੇ ਦੇਖਣਾ ਹੁੰਦਾ ਕਿਸੇ ਤਰ੍ਹਾਂ ਦਾ ਕੋਈ ਕੱਟ ਤਾਂ ਨਹੀਂ ਕੋਈ ਆਪਰੇਟ ਤਾਂ ਨਹੀਂ ਹੋਇਆ ਅੰਮੀ ਵਗੈਰਾ ਦੇਖਣੀ ਹੁੰਦੀ ਹੱਥ ਆਪ ਵਗੈਰਾ ਲਗਾ ਕੇ ਉਹ ਤੁਹਾਡੇ ਲਾਈਕ ਫਿੰਗਰ ਹੈਂਡ ਦੇ ਵਗੈਰਾ ਸਾਰਾ ਕੁਝ ਉਹਨਾਂ ਨੇ ਚੈੱਕ ਕਰਨਾ ਐਵੇਂ ਕਰਕੇ ਰਾਈਟ ਸਾਰਾ ਕੁਝ ਉਹਨਾਂ ਨੂੰ ਆਪਾਂ ਦਿਖਾਣਾ ਡਨ ਗੁਜੋ ਸਿੰਘ 2 ਵੀਕ ਅਗੋ ਜਿੱਦਾਂ ਮੈਡੀਕਲ ਕੰਪਲੀਟ ਹੋ ਜਾਂਦਾ ਡਾਕਟਰ ਸਾਨੂੰ ਕੀ ਦਾ ਡਾਕੂਮੈਂਟ ਦਿੰਦੇ ਆ ਬ੍ਰੋ ਟਰੈਕਿੰਗ ਸ਼ੀਟ ਹੁੰਦੀ ਐ ਉਹ ਉਹ ਦਿੰਦੇ ਆ ਤੁਹਾਨੂੰ ਵੀਰ ਮੈਂ ਕੱਲ ਮੈਡੀਕਲ ਕਰਵਾਇਆ ਸੀ ਕੈਨੇਡਾ ਐਸਪੀਐਸ ਦੇ ਵਿੱਚ ਉਹਨਾਂ ਨੇ ਤਿੰਨ ਸਟੈਂਪ ਲਗਾ ਦਿੱਤੀ ਇਸ ਦਾ ਮਤਲਬ ਕਿ ਮੈਡੀਕਲ ਸਹੀ ਹੋਇਆ ਤੇ ਕਲੀਅਰ ਹੋ ਗਿਆ ਹਾਂਜੀ ਬਿਲਕੁਲ ਜੀ ਤਿੰਨ ਸਟੈਂਪ ਦਾ ਮਤਲਬ ਹੈ ਕਿ ਤੁਹਾਡੇ ਸਾਰੇ ਦੇ ਸਾਰੇ ਜਿਹੜੇ ਪ੍ਰਚਾਰ ਪੰਜੋ ਟੈਸਟ ਕਰਦੇ ਆ ਸਾਰੇ ਹੋ ਗਏ ਆ ਤੇ ਉਹ ਬਿਲਕੁਲ ਡਨ ਨੇ ਤੁਹਾਡੇ ਵੱਲੋਂ ਮਨਜੋਤ ਕੋਲ ਵੀਰੇ ਟੈਟੂ ਵਗੈਰਾ ਜਾਂ ਜਖਮ ਕੱਟ ਦਾ ਕੋਈ ਪ੍ਰੋਬਲਮ ਤਾਣੀ ਪੈਂਦੀ ਪੈਂਦੀ ਹੈ ਭੈਣ ਜੀ ਟੈਟੂਸ ਦੇ ਜਿਆਦਾ ਪੈਸੇ ਲੱਗਦੇ ਨੇ ਔਰ ਕੱਟਸ ਤੇ ਤੁਸੀਂ ਦੱਸਣਾ ਹੁੰਦਾ ਕਿ ਕੱਟ ਲੱਗੇ ਹੋਏ ਆ ਬਟ ਸਾਡੀ ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਕਾਫੀ ਟਾਈਮ ਪਹਿਲਾਂ ਲੱਗੇ ਸੀ 5-6 ਸਾਲ ਪਹਿਲਾਂ ਸਾਡੇ ਹੈਂਡ ਵਗੈਰਾ ਜਿੱਥੇ ਵੀ ਤੁਹਾਡੇ ਕੱਟ ਆ ਕਿ ਉਹ ਬਿਲਕੁਲ ਵਰਕਿੰਗ ਦੇ ਵਿੱਚ ਗੁਰਜੋਤ ਸਿੰਘ ਮੈਨੂੰ ਮੈਡੀਕਲ ਅਪਾਇੰਟਮੈਂਟ ਦਾ SMS ਆਇਆ ਹੈ ਹਸਪੀਟਲ ਵਾਲਿਆਂ ਨੂੰ ਮੈਂ ਕੀ ਦੱਸਾਂ ਗਾ ਮੈਡੀਕਲ ਵਾਲੇ ਦਿਨ ਭਾਜੀ ਤੁਸੀਂ ਕੁਝ ਨਹੀਂ ਦੱਸਣਾ ਤੁਹਾਡਾ ਉੱਥੇ ਲਿਸਟ ਵਿੱਚ ਇੱਕ ਨਾਮ ਆ ਜਾਣਾ ਤੁਸੀਂ ਬਸ ਬਾਹਰ ਜਾ ਕੇ ਉੱਥੇ ਖੜੇ ਜਾਣਾ ਤੇ ਲਾਸਟ ਕਮੈਂਟ ਹੈਗਾ ਮੇਰੀ ਭੈਣ ਦਾ ਤਰਮਨ ਟੈ ਲੋ ਵੀਰੇ ਆਨਲਾਈਨ ਵੀਜ਼ਾ ਡਾਕਸ ਕੀਤੇ ਕੀ ਹੁੰਦਾ ਉੱਥੇ ਮੇਰੀ ਭੈਣੇ ਕੁਝ ਨਹੀਂ ਹੋਣਾ ਉੱਥੇ ਜਸਟ ਤੁਸੀਂ ਆਪਣਾ ਪਾਸਪੋਰਟ ਦੇਖਣਾ ਉਹਨਾਂ ਨੇ ਨੰਬਰ ਓਕੇ ਕਰਨ ਕਿ ਇਹ ਬੱਚਾ ਆ ਗਿਆ ਟਿਕ ਕਰਨਾ ਹੁੰਦਾ ਥੈਟਸ ਇਟ ਓਕੇ ਤਾਂ ਇਹ ਹੋ ਗਈ ਜੀ ਸਾਡੇ ਸਾਰੇ ਕਮੈਂਟ ਆਨ ਮਸਟ ਵਿੱਚ ਕਵਰ ਕਰ ਲਏ ਆ ਜਿੰਨੇ ਵੀ ਸੀਗੇ ਠੀਕ ਹੈ ਇੰਪੋਰਟੈਂਟ ਇੰਪੋਰਟੈਂਟ ਕਮੈਂਟ ਤਕਰੀਬਨ ਪਿਛਲੇ ਟਾਈਮ ਤਾਈ ਹੋਏ ਤੇ ਤੁਹਾਨੂੰ ਕਿッセ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਵੀ ਪ੍ਰੋਬਲਮ ਆਦੀ ਹੈ ਹਰ ਇੱਕ ਤਰ੍ਹਾਂ ਦੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਔਰ ਤੁਹਾਨੂੰ ਇਹ ਵੀਡੀਓ ਕਿਵੇਂ ਦੇ ਲੱਗੀ ਜ਼ਰੂਰ ਕਮੈਂਟ ਕਰਨਾ ਇਸ ਦੇ ਨਾਲ ਥੋੜਾ ਜਿਹਾ ਕੌਨਸਲਾ ਹੋ ਜਾਂਦਾ ਠੀਕ ਹੈ ਜੀ ਬਾਕੀ ਤੁਹਾਡੇ ਨਾਲ ਹੀ ਹੈ ਮੇਰਾ ਚੈਨਲ ਹੈਗਾ ਨਿਊ ਤੁਹਾਨੂੰ ਪਸੰਦ ਆਇਆ ਤੇ ਆਪਾਂ ਹੋਰ ਵੀਡੀਓ ਪਾਵਾਂਗੇ ਠੀਕ ਹੈ ਇਨਫੋਰਮੇਸ਼ਨ ਬਹੁਤ ਜ਼ਿਆਦਾ ਹੈ ਤੇ ਥੈਂਕ ਯੂ ਅੱਜ ਦੀ ਵੀਡੀਓ ਸੁਣਨ ਵਾਸਤੇ ਧੰਨਵਾਦ ਥੈਂਕ ਯੂ so much